ਕਰਦਾ ਜਾਂ ਇਹ ਕਰਦਾ ਕੋਈ ਸਪੋਰਟ ਵਾਲਾ ਨਹੀਂ ਭਾਜੀ ਇਹਦੇ ਵਿੱਚ ਸੀਆਰਪੀ ਕਲੋਨੀ ਫਗਵਾੜਾ ਵਿਖੇ ਰਹਿ ਰਹੇ ਇੱਕ ਪਰਿਵਾਰ ਤੇ ਮਹੱਲਾ ਵਾਸੀਆਂ ਵੱਲੋਂ आरोप लगाए गए हैं कि यह परिवार पिछले लंबे समय तो घर में गैर कानूनी धंधा करवा रहा है, जिस दे संबंध में एक लिखती शिकायत एस पी फगवाड़ा नूं दित्ती गई, जिस दे संबंध में अज पुलिस पार्टी वल्लों सी आर पी कलोनी विखे रेड की गई, जिस विच पुलिस पार्टी वल्लों दो लड़के ते एक लड़की नूं हिरासत में लैके इंडस्ट्री एरिया चौंकी विखे लिया गया। इस मौके गलबात करदे चौंकी इंचार्ज गुरजीत कौर ने कहा है कि सारे मसले की बरीकी नाल जांच की जा रही है, जेकर जांच दौरान कोई दोषी पाया गया तो उस खिलाफ कानूनी कार्रवाई की जाएगी। फगवाड़ा तो शरणजीत सिंह सोनी की खास रिपोर्ट। अंकज की नाम अपना? मेरा नाम डॉक्टर राणा। कितने रहने वाले? अरविंद सिंह सीआरपी कॉलोनी। की मामला है सर, जो चौंकी इकट्ठे हुए अज? देखो साढ़े महल का माहौल इन्होंने लोगों ने खराब किया, चकला चलाते हैं। अच्छा जी, जिहड़ी जोतिया मेन मौके ते नहीं फड़ी गई। अच्छा जी, ऐ उपरे सी पता नहीं लगी इन्हां नूं, मुलाजमां नूं समझ लगी वी आह आ जिहड़ी मौके ते धंधा कर कुड़ी आउंदी आ, आ कुड़ी आई आ, उहदा हसबैंड जिहड़ा ताशां खेडदा, शराबां पींदा, सैटां पींदा। पुलिस ने जिहड़ी रेड मारी, तुहाडी शिकायत ते मारी कि अपने आप आई है? शिकायत ते मारी साडी सारे। ਕਿੰਨੇ ਮੌਕੇ ਤੁਹਾਡੇ ਸਾਹਮਣੇ ਬੰਦੇ ਸੀ ਉੱਥੇ ਟੋਟਲ? ਟੋਟਲ ਟੋਟਲ ਤਾਂ ਮਲਾਜ਼ਮ ਵੀ ਵਿਚਾਰੇ ਬਹੁਤ ਸੀ। ਨਹੀਂ, ਕੁੜੀਆਂ ਮੁੰਡੇ ਕਿੰਨੇ ਸੀ ਉੱਥੇ ਟੋਟਲ? ਟੋਟਲ 3-4 ਜਣੇ ਹੀ ਭੱਜ ਗਏ। ਅੱਛਾ, ਟਿੱਕੇ ਆ ਗਈ ਇਹਨੇ, ਪੌੜੀਆਂ ਉਤਰੀਆਂ, ਦੋ ਤਰ੍ਹਾਂ ਦੀਆਂ ਪੌੜੀਆਂ ਉਤਰੀਆਂ, ਪਿੱਛੇ ਫਿਰ ਪਾਰਕ ਦੇ ਵਿੱਚ ਬੰਦਿਆਂ ਦੀ ਖੜ ਗਈ। ਅੱਛਾ, ਆਪਣੇ ਆਦਮੀ ਕਹਿੰਦੇ ਆਪਾਂ ਖਿਸਕ ਚੱਲੀਏ, ਜਦ ਤੇ ਮੈਂ ਔਰ ਮੇਰਾ ਬੇਟਾ ਵੀ ਹੋਰ ਵੀ 5-7 ਜਣੇ ਆ ਯਾਰ ਨੂੰ ਫੜੋ ਫੜੋ, ਉਹ ਵਿਚਾਰੀ ਇੱਕ ਮਲਾਜ਼ਮ ਸੀ ਵਿਚਾਰੀ ਠਾਣੇ ਲੱਗ ਜਿਹੜੀ ਆਪਣੀ ਕੁੜੀ ਪੰਜਾਬ, ਉਹ ਵਿਚਾਰੀ ਕੀ ਕਰੇ, ਉਹਦੇ ਹੱਥ ਇੱਦਾਂ ਛੜਾਵੇ ਇੱਦਾਂ। ਅੱਛਾ, ਹੈ ਇਹ ਕੋਈ ਗੱਲ ਥੋੜੋ ਬਣਦੀ ਆ? ਹੁਣ ਇੱਕ ਮੈਂ ਗੱਲ ਪ੍ਰਸ਼ਾਸਨ ਨੂੰ ਕਹਿੰਦਾ, ਜੋ ਵੀ ਹੈਗਾ ਇਹ ਸਾਨੂੰ ਲਿਖਣਾ ਚਾਹੀਦਾ ਵੀ ਇਹਨਾਂ ਦੀ ਬੈਕਗ੍ਰਾਉਂਡ, ਇਹਨਾਂ ਦੀ ਮਦਦ। ਜਿਸ ਤਰ੍ਹਾਂ ਪੁਲਿਸ ਇੱਥੇ ਰੇਡ ਤੋਂ ਬਾਅਦ ਇੱਥੇ ਲਿਆਏ ਸੀ, ਤੁਸੀਂ ਇਸ ਤੋਂ ਬਾਅਦ ਇਕੱਠੇ ਹੋ ਕੇ ਕਿਉਂ ਚੌਂਕੀ ਤੁਹਾਨੂੰ ਆਉਂਦੀ, ਕਿਉਂ ਨੂੰ ਬਤਾਈ? ਚੌਂਕੀ ਤਾਂ ਆਉਂਦੀ ਹੈ ਵੀ ਜਾਂਦੇ ਨਹੀਂ ਛੱਡ ਦੇਣਾ ਸ਼ਾਇਦ। ਅੱਛਾ, ਵੀ ਸਾਡੇ ਤੇ ਹੋਰ ਨਾ ਇਹ ਦੂਏ ਪਾਸੋਂ ਹੋਰ ਪਾਸੋਂ ਕਹਿ ਦੇਣ ਵੀ ਸਾਡੀ ਕੁੜੀ ਦਾ ਹੱਥ ਵਾਲਿਆ ਫਲਾਨਾ ਪਾ ਲਿਆ। ਪਹਿਲਾਂ ਵੀ ਕੋਈ ਇਦਾਂ ਦੀ ਸ਼ਿਕਾਇਤ ਤੁਸੀਂ ਕੀਤੀਆਂ ਵਾ ਇਸ ਮਾਮਲੇ 'ਚ? ਕੀਤੀਆਂ, ਜਿੱਥੇ ਵੀ ਮਾਫੀ ਨਾਮਾ ਮੰਗਿਆ ਇਹਦੀ, ਇਸ ਏਰੀਏ ਨੂੰ ਛੱਡ ਦਿੱਤਾ ਸੀ, ਇਸ ਏਰੀਏ ਨੂੰ ਛੱਡ ਦਿੱਤਾ ਸੀ, ਸਾਡੇ ਕੋਲ ਰਿਟਰਨ ਪਿਆ ਬਈ ਸ਼ੈਪੂਰੀ ਪਰੰਗੀ ਰਹਿਣ ਲੱਗ ਪਿਆ, ਉੱਥੇ ਵੀ ਨਹੀਂ ਇਦਾਂ ਦੇ ਇਦਾਂ ਦਾ ਧੰਦਾ ਚਲਾਇਆ ਜਿੱਥੇ ਇਹਨਾਂ ਦੀਆਂ ਜੁੱਤੀਆਂ ਮਾਰ ਕੇ ਇਹਨਾਂ ਨੂੰ ਕੱਢਿਆ, ਇਹ ਮੁੜ ਕੇ ਫੇਰ ਇੱਥੇ ਟਿਕਾਣਾ ਬਣਾ ਰਿਹਾ। ਠੀਕ ਆ ਜੀ, ਆਹ ਬੇਨਤੀ ਆ, ਹੱਥ ਜੋੜ ਕੇ ਸਾਡੀ ਕੀ ਮੰਗ ਕਰਦੇ ਹੋ ਤੁਸੀਂ? ਮੰਗ ਇਹੀ ਕਰਦੇ ਹਾਂ ਵੀ ਸਾਡੇ ਘਰ ਦਾ ਘਰਾਂ ਦਾ ਮਾਹੌਲ, ਸਾਡੀਆਂ ਧੀਆਂ ਭੈਣਾਂ ਜੋ ਵੀ ਹੈਗੀਆਂ ਇੱਥੇ ਕੱਢੇ, ਇੱਦਾਂ ਕੱਢੇ ਤਾਂ ਚੱਕਦੇ ਤਾਂ ਨਹੀਂ ਸਾਨੂੰ, ਮਤਲਬ ਜਿਹੜੇ ਮੁੰਡੇ ਮਗਰ ਆਉਂਦੇ ਆ ਉਹ ਬਦਮਾਸ਼ੀ ਟਾਈਪ ਬੰਦੇ ਆਉਂਦੇ ਆ, ਪੈਸੇ ਦੇ ਕੇ ਆਪਣੇ ਇਹਨਾਂ ਨੂੰ ਕੋਈ ਬਰਬਾਦ ਨਹੀਂ, ਉਹ ਥੱਲੇ 4 ਜਣੇ ਉੱਪਰ ਚੱਲ ਜਾਂਦੇ, 2 ਜਣੇ 4 ਜਣੇ ਸਾਡੀ ਸ਼ਰਾਬਾਂ ਪੀ ਕੇ ਖੜੇ ਰਹਿੰਦੇ ਵੀ ਕੋਈ ਆਵੇ ਨਾ, ਸਾਰੀ ਰਾਤ ਵੀ ਧੰਦਾ ਹੁੰਦਾ, ਸਾਰਾ ਦਿਨ ਵੀ ਧੰਦਾ ਹੁੰਦਾ। ਇਹਦੇ ਹੱਥ ਜੋੜ ਕੇ ਇਹੀ ਬੇਨਤੀ ਆ, ਮੈਂ ਡਾਕਟਰ ਰਾਣਾ ਐਜ ਏ ਇਨਸਾਨੀਅਤ ਤੌਰ 'ਤੇ ਮੁਹੱਲੇ ਦੇ ਉਹਦਾ, ਮੈਨੂੰ ਆਮ ਆਦਮੀ ਪਾਰਟੀ ਦਾ ਮੱਝੀ ਸਾਹਿਬ ਹੁਣੀ ਪ੍ਰਧਾਨ ਬਣਾਇਆ, ਬੇਨਤੀ ਆ ਇੱਥੇ ਪਾਰਟੀ ਬਾਜੀ ਸਾਡੀ ਕੋਈ ਨਹੀਂ ਜੀ, ਲੇਕਿਨ ਸਾਡਾ ਸਾਰਿਆਂ ਦਾ, ਸਿਵਸੈਨਾ ਵਾਲੇ ਦਾ, ਸਾਡੇ ਕਾਂਗਰਸੀਆਂ ਦਾ, ਜੋ ਵੀ ਇਹਨਾਂ ਦਾ ਰੋਲ ਆ ਉਹਦੀ ਵੱਧ ਚੜ੍ਹ ਕੇ ਹਿੱਸਾ ਰਿਹਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ 'ਤੇ ਜੋ ਢੁੱਕਦੀ ਕਾਰਵਾਈ ਉਹ ਹੋਣੀ ਚਾਹੀਦੀ। ਅੱਜ SHO ਸਾਹਿਬ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਮੁਹੱਲੇ ਵੱਲੋਂ ਕਿ ਜਿਹੜਾ ਉੱਥੇ ਕੋਈ ਗਲਤ ਕੰਮ ਕਰਦੇ ਪਏ, ਧੰਦਾ ਵਗੈਰਾ ਚੱਲਦਾ ਪਿਆ, ਜਿਹਦੇ 'ਤੇ SHO ਸਾਹਿਬ ਦੇ ਨਾਲ ਅਸੀਂ ਸਾਰੇ ਗਏ ਸੀ, ਅਤੇ ਉੱਥੋਂ ਇੱਕ ਲੜਕੀ ਅਤੇ 2 ਲੜਕੇ ਲਿਆਉਂਦੇ ਸੀ ਅਸੀਂ ਇੱਥੇ, ਅਤੇ ਉਹਨਾਂ ਨੂੰ ਬਾਹਰੋਂ ਹੀ ਫੜਿਆ, ਕੋਈ ਅੰਦਰ ਨਹੀਂ ਸੀ ਕਰਦੇ, ਅਤੇ ਉਹਨਾਂ ਨੂੰ ਲਿਆਂਦਾ, ਉਹ ਦੱਸਦੇ ਪਏ ਆਪਣੇ ਆਪ ਨੂੰ ਕਿ ਅਸੀਂ ਦੋਨੋਂ ਹਸਬੈਂਡ ਵਾਈਫ ਹੈ ਅਤੇ ਇੱਕ ਉਹਨਾਂ ਦਾ ਫਰੈਂਡ ਹੈ, ਬਾਕੀ ਉਹਨਾਂ ਦੇ ਫੈਮਿਲੀ ਮੈਂਬਰ ਅਸੀਂ ਬੁਲਾਏ ਹੋਏ ਆ, ਉਹਨਾਂ ਦਾ ਵੈਰੀਫਾਈ ਕਰਦੇ ਪਏ ਹਾਂ, ਜਿਹੋ ਜਿਹੇ ਹੋਵੇਗਾ ਉੱਦਾਂ ਦੀ ਕਾਰਵਾਈ ਕੀਤੀ ਜਾਵੇਗੀ। ਮੈਡਮ, ਜਿਹੜੇ ਇਕੱਠੇ ਹੋ ਕੇ ਲੋਕ ਇੱਥੇ ਹੰਗਾਮਾ ਕਰ ਰਹੇ ਸੀ ਤੁਹਾਡੇ ਸਾਹਮਣੇ ਜੀ, ਅਤੇ ਉਹ ਕੀ ਮਾਮਲਾ, ਕਿਉਂ ਹੰਗਾਮਾ ਕਿਉਂ ਕਰ ਰਹੇ ਸੀ? ਉਹ ਚਾਹੁੰਦੇ ਆ ਕਿ ਜਿਹੜਾ ਇਹਨਾਂ ਦੇ ਕੋਈ ਮਹੱਲੇ ਦੇ ਵਿੱਚ ਕੋਈ ਲੇਡੀ ਹੈ ਸ਼ਾਇਦ ਜੋਤੀ ਹੈ, ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹਜੇ, ਅਤੇ ਉਹ ਕਹਿ ਰਹੇ ਕਿ ਉਹਦੇ ਖਿਲਾਫ ਉਹ ਜਿਹੜੀ ਇਹ ਕੰਮ ਕਰਦੀ ਪਈ ਹੈ, ਅਤੇ ਉਹਨਾਂ ਨੇ ਸ਼ਾਇਦ ਕੋਈ ਦਰਖਾਸਤ ਵਗੈਰਾ ਦਿੱਤੀ ਜਿਹੜੀ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚੀ, ਅਤੇ ਜਿੱਦਾਂ ਵੀ ਆਉਂਦੀ ਹੈ ਦਰਖਾਸਤ ਉਹਦੇ ਹਿਸਾਬ ਨਾਲ ਉਹਨਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਵੈਰੀਫਾਈ ਕਰਕੇ। ਹੁਣ ਤੱਕ ਮੈਡਮ ਕੋਈ ਸੀਸੀਟੀਵੀ ਫੁਟੇਜ ਕੋਈ ਕੈਮਰੇ ਸ਼ਾਮੇ ਤੁਸੀਂ ਖੰਗਾਲੇ ਉੱਥੇ ਦੇ, ਕੀ ਸਾਹਮਣੇ ਕੋਈ ਮਾਮਲਾ ਦੇਖਿਆ ਸਾਹਮਣੇ ਕੀ ਕਿੰਨੇ ਚਿਰਾਂ ਤੋਂ ਇੱਕ ਚੱਲਦਾ ਕਿੱਦਾਂ? ਇਹ ਸਾਨੂੰ ਹਜੇ ਹੁਣੇ ਇਨਫੋਰਮੇਸ਼ਨ ਆਈ ਹੈ, ਬਾਕੀ ਦੇਖਦੇ ਹਾਂ ਉਸ ਹਿਸਾਬ ਦੇ ਨਾਲ ਕੈਮਰੇ ਵਗੈਰਾ ਵੀ ਚੈੱਕ ਕਰਾਂਗੇ, ਉਹਦੇ ਹਿਸਾਬ ਨਾਲ ਜਿੱਦਾਂ ਵੀ ਕਾਰਵਾਈ ਹੋਈ ਕਰਦੇ। ਠੀਕ ਹੈ, ਠੀਕ ਆ।